ਜਿਹੜੀ ਗੱਡੀ 'ਚ ਬੈਠੇ ਹਾਂ ਅਸੀਂ, ਮੈਂ ਕਹਿੰਦਾ ਵੀ ਬਸ ਆਟੋਮੈਟਿਕ ਆ ਲੱਗਿਆ ਵਾ, ਆਪਣੇ ਆਪ ਹੀ ਮੋੜ ਮੁੜਨਾ ਇਹਨੇ, ਅਤੇ ਆਟੋਮੈਟਿਕ ਆ, ਜਿਵੇਂ ਆਪਾਂ ਆਟੋ ਪਾਈਲਾਟ ਲਾ ਦਿੰਦੇ ਹਾਂ ਅਤੇ ਆਟੋਮੈਟਿਕ ਚੱਲਣਾ ਇਹਨੇ, ਕੋਈ ਸ਼ੀਸ਼ ਨਹੀਂ ਸਟੇਅਰਿੰਗ ਨੂੰ ਹੱਥ ਲਾਉਣ ਦੀ ਲੋੜ, ਆਪਣੇ ਆਪ ਹੀ ਮੁੜਨਾ। ਅੱਛਾ, ਬ੍ਰੇਕ ਵੀ ਆਪਣੇ ਆਪ ਹੀ ਲਾਊ? ਸਾਰਾ ਕੁਛ ਆਪੇ ਕਰਦੇ। ਓਕੇ, ਕੀ ਹੈ? $1,60,000 ਲੱਗਦਾ ਲੈਨੇ ਆ, ਕੋਈ ਨੀ ਅੜਕ ਜਾ 5-7 ਸਾਲ। ਤੇ ਸਾਰਾ ਇਹਨੇ ਦੱਸੀ ਜਾਣਾ ਵੀ ਕਿੱਥੇ ਲੋਕੇਸ਼ਨ ਆਈ ਜਾਣੀ ਆ, ਵੀ ਕਿੱਥੇ ਜਾ ਰਹੇ ਹੋ, ਕੀ ਗੱਲ ਬਾਤ ਆ। ਤੇ ਆ ਦੇਖ ਲਓ, ਸਟੇਅਰਿੰਗ ਨੂੰ ਹੱਥ ਨਹੀਂ ਲਾਇਆ, ਆਟੋਮੈਟਿਕ ਹੀ ਮੋੜ ਉਹਨੇ ਉਨਾ ਕੁ ਲੈ ਲਿਆ। ਤੇ ਇਹ ਫਿਰ ਸੈਟੇਲਾਈਟ ਨਾਲ ਜਾਂ ਕੀ ਆ ਸਿਸਟਮ? ਜਾਂ ਇੰਟਰਨੈਟ ਹੀ ਆ ਇਹਦੇ ਵਿੱਚ, ਜਿਵੇਂ ਆਪਣੇ ਫੋਨਾਂ ਦੇ ਹੁੰਦਾ ਵਾ, ਇੰਟਰਨੈਟ ਹੀ ਆ ਇਹਦੇ ਵਿੱਚ। ਓਕੇ, ਕਿਤੇ ਕਿਤੇ ਮਾੜਾ ਮੋਟਾ ਕਹਿ ਦਿੰਦੀ ਆ ਵੀ ਸਟੀਅਰਿੰਗ ਨੂੰ ਹੱਥ ਲਾਓ, ਵੀ ਜਾਗਦਾ ਬੰਦਾ ਜੀ। ਓਕੇ, ਜੇ ਹੱਥ ਨਾ ਲਾਓਗੇ ਆਪੇ ਹੌਲੀ ਹੋ ਗਏ ਤੇ ਰੁਕ ਜਾਣਾ। ਅੱਛਾ ਵੀ, ਜੇ ਤੁਸੀਂ ਹੱਥ ਨਹੀਂ ਲਾਇਆ, ਜੇ ਹੱਥ ਨਾ ਲਾਇਆ। ਓਕੇ, ਜਿਵੇਂ ਹੌਲੀ ਹੋ ਗਈ ਆਪਦੇ ਆਪ ਨੂੰ, ਮੈਂ ਤਾਂ 129 ਦੇ ਸੈੱਟ ਕੀਤਾ ਹੋਇਆ। ਹਾਂ, ਪਰ ਇਹਨੇ ਜੇ ਲੱਗਦਾ ਮੜਿਆ ਵੀ ਮੋੜ ਨਹੀਂ ਮੋੜਨਾ, ਆਪੇ ਹੌਲੀ ਹੋ ਜਾਂਦੀ ਆ। ਅੱਛਾ, ਜੋ ਟਰੱਕ ਵੀ ਹੁੰਦਾ ਆਪਦੇ ਆਪ ਨੂੰ ਸੱਜੇ ਪਾਸੇ ਖੱਬੇ ਪਾਸੇ ਕਰ ਲੈਂਦੀ ਆ, ਵੀ ਟਰੱਕ ਨੂੰ ਮੜਿਆ ਰੂਹ ਦੇਣ ਨੂੰ। ਜੀ 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 ਜੀ, ਨੀਤਰੀ ਲਈ ਫਿਰ ਸੈਂਟਰ ਚ ਹੋ ਜਾਂਦੀ ਆ। ਅੱਛਾ, ਆਟੋਮੈਟਿਕ ਗੱਡੀ ਆਟੋਮੈਟਿਕ ਇਧਰ ਨੂੰ ਜਾਣ ਦੀ ਰਾਹ ਦੇਣ ਨੂੰ ਮੜੇ। ਅੱਛਾ, ਲੱਗਦਾ ਕੋਈ ਮਗਰ ਗੱਡੀ ਤੇਜ਼ ਆ ਰਹੀ ਹੈ ਨੇ, ਆਟੋਮੈਟਿਕ ਲੇਨ ਚੇਂਜ ਕਰਕੇ। ਅੱਛਾ, ਤੇ ਉਧਰ ਹੀ ਲੇਨ ਚ ਪਾ ਲੈਣਾ ਪੈਸਿੰਗ ਲੇਨ ਵਿੱਚ। ਓਕੇ ਯਾਰ, ਕੀ ਬਾਤ ਆ, ਸੁਣਿਆ ਸੀ ਪਰ ਅੱਜ ਫਸਟ ਟਾਈਮ ਦੇਖ ਲਿਆ, ਤੇ ਕੀ ਬਾਤ ਹੀ ਆ। ਸਾਇੰਸਦਾਨਾਂ ਨੂੰ ਤੇ ਪੈਕਅਪ ਸਪੀਡ, ਮੈਂ ਨਾ ਪੈਟਰੋਲ ਦੀ ਨੀ ਓਨੀ ਜਿੰਨੀ ਇਹਦੀ ਮਤਲਬ ਹੈਗੀ ਆ ਸਪੀਡ, ਤੇ ਹੁਣ ਆਟੋਮੈਟਿਕ ਲੱਗਿਆ ਹੋਇਆ, ਕੋਈ ਸਟੇਅਰਿੰਗ ਨੂੰ ਹੱਥ ਨਹੀਂ ਲਾਉਣਾ, ਆਟੋਮੈਟਿਕ ਹੀ ਮੁੜ ਜਾਣਾ ਇਹਨੇ। ਆਹ ਦੇਖ ਸਕਦੇ ਹੋ ਤੁਸੀਂ, ਆਟੋਮੈਟਿਕ ਹੀ ਆਪਣੇ ਆਪ ਹੀ ਇਹਨੇ ਮੁੜ ਗਈ ਆ, ਲੈ ਸਟੇਅਰਿੰਗ ਨੂੰ ਹੱਥ ਨਹੀਂ ਲਾਇਆ। ਆਹ ਜਿਹੜਾ ਕੈਮਰਾ ਵਾ, ਇਹ ਮੈਨੂੰ ਦੇਖ ਰਿਹਾ ਵਾ, ਇਹ ਮੈਨੂੰ ਦੇਖਦਾ ਜੇ ਮੈਂ ਟੈਕਸਟ ਕਰਨ ਲੱਗ ਜਾ। ਹਾਂ, ਆਟੋ ਪਾਇਲਟ ਨੇ ਕਹਿਣਾ ਬਈ ਤੂੰ ਫੋਨ ਤੋਂ ਨਿਕਲ ਜਾ। ਹਾਂ, ਨਹੀਂ ਤਾਂ ਮੈਂ ਆਪੇ ਬੰਦ ਹੋ ਜਾਣਾ। ਅੱਛਾ, ਲਿਸਨ ਨਹੀਂ ਕਰਦੇ ਤਾਂ ਹਾਂ, ਇਹਨੇ ਫਿਰ ਆਟੋ ਪਾਇਲਟ ਬੰਦ ਕਰ ਦੇਣਾ। ਫਿਰ 2 ਵੀਕ ਲਈ ਇਹਨਾਂ ਨੇ ਬੰਦ ਕਰ ਦੇਣੀ ਗੱਡੀ। 2 ਵੀਕ ਲਈ ਸਸਪੈਂਸ਼ਨ ਆਟੋ ਪਾਇਲਟ ਦੀ ਗੱਡੀ। ਓਕੇ, ਤੇ ਜੇ ਅੱਜ ਆਟੋ ਸੈਲਫ ਡਰਾਈਵਿੰਗ ਚੱਲਣੀ। ਨਾ ਕੀ ਹੈ ਗੱਡੀ ਦਾ ਵੀਰ? ਇਹ ਹੈ ਟੈਸਲਾ ਵਾਈ ਪਰਫਾਰਮੈਂਸ ਮਾਡਲ। ਓਕੇ, ਤੇ ਬਹੁਤ ਹੀ ਬਾਬਿਓ, ਸ਼ੇਅਰ ਕਰਿਓ ਜ਼ਰੂਰ ਵੀਡੀਓ ਨੂੰ, ਤੇ ਇਹ ਦੇਖ ਸਕਦੇ ਹੋ ਤੁਸੀਂ ਸਾਰਾ ਪਰ ਨਕਸ਼ਾ ਆਈ ਜਾਣਾ, ਗੱਡੀ ਕਿਹੜੀ ਆ, ਮਗਰ ਕਿਹੜੀ ਆ, ਮੂਹਰੇ ਕਿਹੜੀ ਆ, ਕਿੰਨੀ ਸਪੀਡ ਤੇ ਆ ਰਹੀ ਆ, ਸਾਰਾ ਦੱਸੀ ਜਾਣਾ। ਜਿਵੇਂ ਉਹ ਮੂਹਰੇ ਟਰੱਕ ਜਾਂਦਾ ਦਿਖਾ ਰਹੀ ਆ ਵੀ ਉਹ ਟਰੱਕ ਜਾਂਦਾ, ਉਹ ਦੇਖੋ ਇੱਧਰ ਆ ਟਰੱਕ ਜਾ ਰਿਹਾ, ਇੱਧਰ ਆ ਬਗਾ ਬਾਹਰ ਗਿਆ ਸੀ ਨਾ ਸਾਡਾ, ਉਹ ਸੀਗਾ ਉਹ ਟਰੱਕ ਜਾ ਰਿਹਾ।
खब्बे पासे नूं लग गया इधर जा रही है एम्बुलेंस ट्रक जी बस जी होंगी इधर भी उही दिखा रही है ये नहीं भी कला गड्डी होर जा रही है फोटो कोई होर आ रही है जेडी चीज जा रही है उही दसना उन्हें भी आ चीज जा रही है आ चीज जा रही है जेडे रोड ते जाना उही रोड दा ने नक्शा चकना उन्हें मतलब यार की शाब्दी है नहीं सोचते होंगे सी पर वो चीजा पा दी गड्डिया के बच्चे ते थोड़ा टाइम ही है मैनू लगता भी हर एक बंदे को अपना अपना जहाज होया करूंगा जो आप दे आप ही बैठे थे उड्डे अच चले अस बैन के आवे दूजा बच्चा किधर गया दूजा वो बजीठिया साहब बहू बहू नहीं बहू अमरीका दे बच्चों आई जाना ओके ओके हां उन्होंने भी थोड़े मार ओके ओके फिर ये 635 पे रेंट करनी है रेंट हां हां सच्ची कहने वैनकोवर वैनकोवर की बाबे हवा भी बैकती है ना हवा ए सच है वीरे हां भी तो हवा मतलब सिलेंडर पा के चाइना दे लजाई जाती है इन्नी शुद्ध हवा है मेरे साले मेरे तो फेफड़े गई जाते कि मरता नहीं गया मैं क्यों कहते जोर जा लवा नहीं हूं हवा जी च एक बोतल ऑलमोस्ट सोहनी बोतल बहुत वधिया बनाई हुई है हां लेक लुइस दी 10000 डॉलर दी बोतल बिकदी है उथे चाइना दे विच 10000 डॉलर दी फ्री चीज है कोई मतलब कंटेनर ही है जो कंपनी जो हां सेलिब्रिटीज ने बनाई हुई है अच्छा
ਬੰਦਿਆਂ ਬਹੁਤ ਵੀਡੀਓ ਦੇਖਦੇ ਹੁੰਦੇ ਸੀ ਹਰੇਕ ਹੀ ਬੰਦਾ ਇਹ ਪੁਲ ਤੋਂ ਦੀ ਲੰਘ ਕੇ ਪਾਉਂਦਾ ਹੁੰਦਾ ਸੀ ਵੀਡੀਓ ਕਿੰਨੇ ਗੇੜੇ ਲੱਗ ਗਏ ਹਨਾ ਇੱਧਰ ਨੂੰ ਆਉਣ ਜਾਣ ਦੇ ਹਾਂ ਪੋਰਟਮੈਨ ਬ੍ਰਿਜ ਠੰਡਾ ਰਹਿੰਦਾ ਸਾਰਾ ਕੁਝ ਵਧੀਆ ਰਹਿੰਦਾ ਵਾ ਡਰਿੰਕਾਂ ਡਰੁੰਕਾਂ ਹੁੰਦੀਆਂ ਅਤੇ ਉਹ ਸਾਡਾ ਖਾਣਾ ਦਾ ਹੁੰਦਾ ਫਰਿੱਜ ਫਰਿੱਜ ਹਜੇ ਤਾਂ ਅਸੀਂ ਕੀਤਾ ਨਹੀਂ ਗਾ ਪਰ ਹੁਣ ਸਾਰਾ ਪੂਰਾ ਸਾਜ ਜਾਂਦਾ ਵਾ ਮੈਂ ਤੈਨੂੰ ਮੈਂ ਇਹ ਜਾਣਦਾ ਕੀ ਸੀਗਾ ਕਿ ਜਿੱਥੇ ਜਿਹੜੀ ਪਲੇਸ ਆ ਜਾਂ ਸਿੱਧਾ ਉੱਥੇ ਹੀ ਆਉਣਾ ਹੁੰਦਾ ਜੀ ਫਰਿੱਜ 'ਤੇ ਜਾਵਾਂਗੇ ਕਿ ਅਸੀਂ ਸਮਾਨ ਲੈ ਜਾਣਾ ਘਰੋਂ ਨਾ ਸਾਨੂੰ ਲੋਡ ਕਰਕੇ ਅਤੇ ਜਾਂ ਉੱਥੋਂ ਕੋਈ ਨਾ ਕੋਈ ਬਹਾਨਾ ਮਾਰਨਾ ਮੈਂ ਜਲਦੀ ਜਾਣਾ ਵਾ ਇਹਨੇ ਉੱਥੋਂ ਸਾਡੇ ਤੋਂ ਪਹਿਲਾਂ ਨਿਕਲ ਜਾਣਾ ਕਿਉਂਕਿ ਇਹਨੂੰ ਪਤਾ ਨਹੀਂ ਹੁੰਦਾ ਜੀ ਜ਼ਿਆਦਾਤਰ ਕਿ ਚੀਜ਼ ਅਸੀਂ ਕਿਹੜੀ ਉੱਥੇ ਯੂਜ ਕਰਨ ਵਾਸਤੇ ਲੈ ਕੇ ਹਾਂ ਕਿਹੜੀ ਚਾਹੀਦੀ ਆ ਜਾਂ ਕੋਈ ਠੁੱਟ ਜਾਣੀ ਉੱਥੇ ਜਾ ਕੇ ਜਾਂ ਮੈਸੇਜ ਕਰ ਦਾਂਗੇ ਯਾਰ ਤੂੰ ਆਹ ਸਿਲੰਡਰ ਆਹ ਦਲੇਰ ਨੇ ਬਣਾਈ ਆ ਰੋਡ ਇਹਨੇ ਪੇਵ ਕੀਤੀ ਆ ਮੀਟਰ ਐਸਫਾਲਟ ਲਿਆ ਲਿਆ ਗਿਆ ਰੋਡ ਪੇਵ ਦਲੇਰ ਨੇ ਕੀਤੀ ਪਰ ਸਾਡਾ ਇੱਕ ਮੰਥ ਦਾ ਫਰਕ ਆ ਸਿਰਫ ਯਾਦ ਆ ਦੱਸ ਨਾ ਪਾਣੀ ਦੇ ਥੱਲੇ ਜਾ ਵੜਦਾ ਪਾਣੀ ਦੇ ਵਿੱਚ ਵੜ ਜਾਂਦਾ ਦੂਜੇ ਪਾਸੇ ਲਿਖ ਜਾਂਦਾ ਆਹੀ ਪਾਣੀ ਦੇ ਥੱਲੇ ਅੱਛਾ ਉਹ ਜਿੱਥੋਂ ਦੀ ਜਹਾਜ਼ ਲੰਘ ਦੇ ਉੱਪਰ ਦੀ ਹਾਂਜੀ 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 ਉਹ ਉੱਧਰ ਨੂੰ ਜਾ ਕੇ ਮੜਿਆ ਸਾਹਮਣੇ ਜੀ ਵੈਨਕੂਵਰ ਵੈਨਕੂਵਰ ਹੈ ਨਾ ਹਾਂ ਆਪਣੇ ਮੂਹਰੇ ਕੋਕੋਲਮ ਆ ਗਿਆ ਕੋਕੋਲਮ ਨਹੀਂ ਕੋਕੋਲਮ ਨਹੀਂ ਇਹ ਆ ਗਿਆ ਨਿਊ ਐਨਐਸਐਸ ਆਈਲੈਂਡ ਆ ਗਈ ਆਈਲੈਂਡ ਆ ਨਿੱਕੀ ਜਿਹੀ ਪਾਣੀ ਦੇ ਵਿਚਾਲੇ ਓਕੇ ਇੱਥੇ ਮੋਸਟਲੀ ਇੰਡਸਟਰੀਅਲ ਬਿਲਡਿੰਗਾਂ ਵਾ ਅੱਛਾ ਮੋਸਟਲੀ ਜਿਵੇਂ ਆਪਣੇ ਵੇਅਰ ਹਾਊਸ ਹੋ ਗਏ ਹਾਂ ਫਿਰ ਮੈਨੂਫੈਕਚਰਿੰਗ ਵੱਡੇ ਤੋਂ ਉਹ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਇਹ ਤਾਂ ਵੈਨਕੂਵਰ ਦੀਆਂ ਉਹ ਹੋਊਗਾ ਬਰਨ ਵੀ ਅੱਛਾ ਮਸ਼ੀਨ ਜੀ ਲੱਗੀ ਹੋਈ ਆ ਇਹਨੇ ਜਦੋਂ ਇੱਕ ਪਾਸੇ ਜਦੋਂ ਟ੍ਰੈਫਿਕ ਹੁੰਦੀ ਆ ਉਧਰ ਨੂੰ ਜਾਂਦੀ ਆ ਟ੍ਰੈਫਿਕ ਉਹਨੇ ਉਧਰੋਂ ਇੱਕ ਲੇਨ ਖੋਲ ਦੇਣੀ ਆ ਇਹੀ ਲੇਨ ਚੱਕ ਕੇ ਉਹਨੇ ਚੱਕ ਕੇ ਉਧਰਲੇ ਪਾਸੇ ਮਾਰਨੀ ਆ ਜਦੋਂ ਇੱਧਰ ਨੂੰ ਜਾਂਦੀਆਂ ਵਾ ਮਾਰਨਿੰਗ ਚ ਇੱਧਰ ਨੂੰ ਟ੍ਰੈਫਿਕ ਵੱਧ ਹੁੰਦੀ ਹੈ ਇੱਕ ਲੇਨ ਉੱਧਰ ਉੱਧਰ ਖੋਲ ਦਿੰਦੇ ਆ ਉਹ ਬੈਰੀਕੇਡ ਜੇ ਚੱਕ ਕੇ ਮੂਵ ਕਰ ਦਿੰਦੇ ਹਾਂਜੀ ਆਹ ਨਹੀਂ ਉਹ ਜਿਹੜੇ ਪਹਿਲੀ ਸੀ ਉਹ ਜਿਹੜੇ ਚਾਈਨਾ ਵਾਲੇ ਆ ਨਾ ਉਹ ਜਦੋਂ ਇੱਧਰ ਆਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਉੱਥੋਂ ਤੋਂ ਨਿਕਲਣਾ ਚਾਹੁੰਦੇ ਆ ਹਾਂ ਹਾਂਜੀ ਵੀਰ ਬੜਾ ਠੀਕ ਆ ਪਰ ਬਾਲਾ ਨਾ ਚੱਲ ਪਿਆ ਲੜਾਤੀ ਉਹਨਾਂ ਨੇ ਸਾਰੇ ਚਾਬੀ ਫੜਾ
ਮਨ ਵਿੱਚ ਉਹਨੂੰ ਰਾਇ ਦੇ ਮੈਂ ਗੱਲ ਪੂਰੀ ਕਰਿਆ ਕਰ ਉਹ ਬੰਦਾ ਉਹ ਧਮਾਲਾ ਪੈ ਰਹੀ ਆ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ ਬਈ ਕਲਾਕਾਰ ਆ ਰਿਹਾ ਪੰਜਾਬ ਦਾ ਮਸ਼ਹੂਰ ਪਹਿਲੀ ਵਾਰ ਸੋ ਦੋਸਤੋ ਪਹੁੰਚ ਗਏ ਵੈਨਕੂਵਰ ਹਵਾਈ ਅੱਡੇ ਉੱਤੇ ਆਹ ਤੁਸੀਂ ਦੇਖ ਰਹੇ ਹੋ ਗਾਜਰ ਗੁੱਲਾ ਜਿਹਾ ਘੁੰਮੀ ਜਾਂਦਾ ਉੱਪਰ ਜਿਹੜੀ ਫੂਲ ਲਾਈਟਸ ਹੈ ਇੱਥੋਂ ਹੀ ਲੈਣੀ ਪੈਂਦੀ ਆ ਫੂਲ ਲਾਈਟ ਅਤੇ ਕੀ ਆ ਟੋਪੀ ਨਹੀਂ ਨਹੀਂ ਉੱਪਰ ਲੈਣੀ ਤਾਂ ਮੈਨੂੰ ਫੜਾ ਦੇ ਜੇ ਵਿੱਚ ਨਹੀਂ ਆਉਂਦੀ ਤਾਂ ਨਹੀਂ ਫਿਰ ਵਿੱਚ ਪਾ ਲੈ ਇਹਨੂੰ ਕਰਕੇ ਵੱਸ ਕੇ ਅਤੇ ਉਹ ਕਿੱਥੇ ਆ ਨਹੀਂ ਤੇਰਾ ਦੂਜਾ ਬੂਟ ਪਾ ਲੇ ਘਬਰਾਉਣ ਦੀ ਲੋੜ ਹੈ ਕਿ ਮਾੜਾ ਮੋਟਾ ਘਬਰਾ ਲਈਏ ਐਂ ਕਰਦੇ ਮੈਂ ਤੁਹਾਨੂੰ ਦੱਸਦਾ ਮਿਰਜੀ ਹਾਂਜੀ ਮੈਡਮ ਜੀ ਕਿੱਦਾਂ ਫਿਰ ਕੈਨੇਡਾ ਕਿਵੇਂ ਰਿਹਾ ਹੂੰ।